ਬੰਦੇ ਨੇ ਆਣ ਕੇ ਕਹਿਤਾ ਨਾ ਤੂੰ ਝੂਠ ਬੋਲੀ ਜਾਂਦਾ, ਚੱਕ ਕੇ ਲੈ ਜਾਣਾ ਹੁਣੇ ਹੀ ਔਨਲਾਈਨ ਕੈਮਰਾ, ਮੈਂ ਤੈਨੂੰ ਚਪੇੜਾਂ ਮਾਰਦੀਆਂ ਨੇ ਹੁਣ ਇਹ ਬੰਦਾ, ਮੈਂ ਬੁਲਾ ਕੇ ਤੇਰੇ ਮੂੰਹ ਤੇ ਕਹਿਤਾ ਨਾ ਵੀ ਆਹ ਗੱਲਾਂ ਨੇ ਇੱਥੇ ਢਾਲ ਲਿਆ ਤੈਨੂੰ। ਆਪਾਂ ਦੇਖ ਕੇ ਅਣਦੇਖਾ ਕਰ ਲਏ, ਠੀਕ ਹੈ ਜੀ, ਅਣਦੇਖਾ ਕਰਨ ਦਾ ਤਾਂ ਮਤਲਬ ਨਹੀਂ ਭਾਜੀ, ਗੁਰੂ ਘਰ ਦੀ ਬੇਅਦਬੀ ਅਸੀਂ ਆਣ ਦੇਖੀ ਨਹੀਂ ਭਾਜੀ, ਅਸੀਂ ਅਣਦੇਖੀ ਨਹੀਂ ਕਰ ਸਕਦੇ। 12 ਸਾਲ ਕੋਈ ਕੰਮ ਨਹੀਂ ਕੀਤਾ ਨਾ ਇੱਦਾਂ ਦਾ, 12 ਸਾਲ ਚ ਕੋਈ ਕੰਮ ਨਹੀਂ ਕੀਤਾ। ਬਾਬਾ ਜੀ ਆਪਾਂ ਸੈਂਟ ਲਾਵਾਂਗੇ ਨਾ ਤੇ ਸੈਂਟ ਉਹ ਸਾਰੇ ਕਮਰੇ ਚ ਖਿੰਦਰੂਗਾ, ਤੇ ਜੇ ਆਪਾਂ ਸੈਂਟ ਲਾਵਾਂਗੇ ਨਹੀਂ ਤੇ ਦੂਜੇ ਪਾਸੇ ਕਿੱਦਾਂ ਖਿੰਦਰ ਤੋਂ ਸੈਂਟ, ਮੈਨੂੰ ਕਿਹੜਾ ਜਵਾਬ ਦਿਓ ਤੁਸੀਂ, ਤੁਸੀਂ ਭਰਾ ਨਾ ਠੀਕ ਨਾ ਗਲਤ ਗੱਲ ਆ। ਤੇ ਜੇ ਕੋਈ ਕਾਂਡ ਹੋਇਆ ਬਾਬਾ ਜੀ ਪਹਿਲਾਂ ਵੀ ਐਕਸੀਡੈਂਟ ਹੋਇਆ ਤੇ ਤਾਜੇ ਤੁਸੀਂ ਆਏ ਨਹੀਂ ਫਿਰੋਜ਼ਪੁਰ? ਹਾਂ ਮੈਂ ਕਹੀ ਸੀ ਜੀ ਨਾ ਪਰ ਸਾਡਾ ਨਹੀਂ ਪਤਾ, ਕੋਟ ਕੋਟ ਪਤਾ ਨਹੀਂ ਫੇਰ ਕੋਈ ਆਪਣੇ ਚਲੇ ਗਏ ਸੀ ਦੋ ਦਿਨ ਤਿੰਨ ਦਿਨਾਂ ਬਾਅਦ ਆਏ। ਹਾਂ ਹਾਂ ਸੰਤਨ ਕਿਸੇ ਨੇ ਦੱਸਿਆ ਤਾਂ ਹੀ ਪਤਾ ਲੱਗਾ, ਕੋਈ ਨਹੀਂ ਕੋਈ ਨਹੀਂ ਜੀ ਸਾਨੂੰ ਸਾਰਾ ਪਤਾ ਬਾਬਾ ਜੀ ਜੀ ਰਾਏ ਬਸ ਇਹ ਕਹਿੰਦੇ ਆ ਨਹੀਂ ਹੋਵੇ ਕਿ ਨਿਮਰਤਾ ਨਾਲ ਕੰਮ ਹੋ ਜੇ ਤਾਂ ਬਹੁਤ ਵਧੀਆ ਗੱਲ ਆ ਜੀ, ਹੁਣ ਨਿਮਰਤਾ ਨਾਲੇ ਹੋ ਗਿਆ ਜੀ। ਕੋਈ ਆਪਾਂ ਚੰਗੇ ਨਹੀਂ ਲੱਗਦੇ ਤਾਂ ਅਸੀਂ ਤਾਂ ਖੁਦ ਪਹਿਰਾ ਦਈਦਾ ਹਰ ਇੱਕ ਗੱਲ ਤੇ ਪਹਿਰਾ ਦਈਦਾ ਭਾਜੀ, ਵੀ ਕੋਈ ਗੱਲ ਇਦਾਂ ਦੀ ਬਿਆਦੀ ਵਾਲੀ ਸਾਡੇ ਗੁਰਦਾਰੇ ਹੋਵੇ ਨਾ, ਜ਼ਰੂਰੀ ਆ ਪਹਿਰਾ ਦੇਣਾ ਸਾਡਾ ਫਰਜ਼ ਬਣਦਾ, ਆਪਣੇ ਪਿਓ ਦਾ ਨਹੀਂ ਪਹਿਰਾ ਦੇਣਾ ਤਾਂ ਹੋਰ ਕਿਹਦਾ ਦੇਣਾ ਹੈਗਾ, ਸਾਡਾ ਪਿਓ ਆ ਉਹ ਤੇ ਗਲਤ ਹੈ, ਤੇ ਜੇ ਪਿਓ ਦਾ ਨਹੀਂ ਪਹਿਰਾ ਦੇਣਾ ਹੋਰ ਕਿਹਦਾ ਦੇਣਾ ਹੈਗਾ। ਤੇ ਆਪਾਂ ਇਹੀ ਗੱਲ ਕਹਿਣਾ ਚਾਹੁੰਦੇ ਹੈਗੇ ਆ ਵੀ ਇੱਦਾਂ ਦੀਆਂ ਹਰਕਤਾਂ ਜਿੰਨੇ ਵੀ ਗੁਰੂ ਘਰ ਦੇ ਗੁਰੂ ਘਰ ਬਣੇ ਹੋਏ ਆ ਜਿੰਨੇ ਵੀ ਆ, ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਆਪਣਾ ਆਪਣਾ ਪਹਿਰਾ ਦਿਓ, ਜਿੰਨੇ ਵੀ ਪ੍ਰਧਾਨ ਹੈ ਇਕੱਲੀਆਂ ਬਾਲਟੀਆਂ ਜੋਗੇ ਨਾ ਰਹੋ ਜਾਂ ਬੋਲਣਾਂ ਦੇ ਵਿੱਚ ਪੈਸੇ ਪਵਾਉਣ ਜੋਗੇ ਨਾ ਰਹੋ, ਆਪਾਂ ਗੁਰੂ ਘਰ ਦੀ ਸੇਵਾ ਕਰਨੀ ਹੈਗੀ ਆ ਤੇ ਗੁਰੂ ਘਰ ਦੇ ਵਿੱਚ ਰਹਿਣਾ ਆਪਾਂ, ਤੇ ਇਹ ਗੱਲ ਨਹੀਂ ਵੀ ਪ੍ਰਧਾਨ ਜੀ ਆਪਾਂ ਬਾਲਟੀਆਂ ਦੇ ਪੈਸੇ ਸੇਵਾ ਦੀ ਹੈ ਜੀ, ਹਾਂਜੀ ਪਹਿਲ ਸੇਵਾ ਦੀ ਹੈ ਚੰਦਨ ਪਹਿਲਾਂ ਹੀ ਬਾਬਾ ਜੀ ਦਾ ਆਇਆ ਬਦਲ, ਇਹਨਾਂ ਨੇ ਕਿਹਾ ਵੀ ਆਪਾਂ ਅਸੀਂ 9-10 ਦਾ ਚਲੇ ਜਾਂਦੇ ਆ। ਸੇਵਾ ਕਰਕ ਹੋਰ ਰੱਖਣ ਲੱਗਿਆ ਸਾਰਾ ਦਿਨ ਇੱਥੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਤੇ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਤੇ ਅਸੀਂ ਸਾਰੀ ਜਹਿਬੰਦੀ ਵੱਲੋਂ ਅਸੀਂ ਆਏ ਹੋਏ ਇੱਥੇ, ਇੱਥੇ ਜੋ ਕਿ ਸਾਡੀ ਡਿਊਟੀ ਲੱਗੀ ਹੋਈ ਆ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ ਬੇਅਦਬੀ ਹੁੰਦੀ ਆ ਜਾਂ ਕਿਤੇ ਕੋਈ ਏਸੀ ਵਾਲੀ ਤਾਰ ਜਾਂ ਕੋਈ ਵੀ ਇੱਦਾਂ ਦੀ ਗੱਲ ਹੁੰਦੀ ਆ ਵੀ ਸਾਨੂੰ ਉੱਥੇ ਪਹੁੰਚਣਾ ਪੈਂਦਾ ਹੈਗਾ, ਤੇ ਅੱਜ ਸਾਨੂੰ ਇੱਥੇ ਪਤਾ ਲੱਗਿਆ ਹੈਗਾ ਵੀ ਕੁਛ ਆਪਣੇ ਸੇਵਾਦਾਰ ਵੀ ਉਹ ਇੱਥੇ ਬਾਲ ਬੂਲ ਜੇ ਮਨਾਉਂਦੇ, ਮੈਨੂੰ ਤਾਂ ਜਨਾਨੀਆਂ ਦਾ ਨਾਮ ਨਹੀਂ ਲੈਣਾ ਆਉਂਦਾ ਜਿਹੜਾ ਮੂੰਹ ਮਾ ਜਾਂ ਸੈਲਦੀਆਂ ਨੇ ਉਹ ਸੈਲ ਸਲਈਆ ਜਾਂ ਕਰਦੀਆਂ ਨੇ, ਤੇ ਉਹਦੇ ਕਰਕੇ ਵੀ ਸਾਨੂੰ ਪਤਾ ਲੱਗਾ ਵੀ ਗੁਰੂ ਘਰ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ, ਅਸੀਂ ਰੋਕਣ ਵਾਸਤੇ ਆਏ ਹਾਂ ਵੀ ਜੋ ਸਾਡੀ ਕਮੇਟੀ ਗੁਰੂ ਘਰ ਦੀ ਹੈਗੀ ਆ ਉਹਨਾਂ ਨੇ ਕਹਿ ਦਿੱਤਾ ਵੀ ਇਹ 'ਤੇ ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਕਿਹੜਾ ਗੁਰਦੁਆਰਾ? ਗੁਰਦੁਆਰਾ ਕਿਹੜਾ ਬਾਕੀ ਪ੍ਰਧਾਨ ਜੀ ਨਾਲ ਗੱਲ ਕਰੋ ਮਾੜਾ ਜਿਹਾ, ਕੀ ਨਾਮ ਆ ਭਾਈ? ਇਹ ਢੋਲੇ ਵਾਲ ਦੱਸਿਆ ਜੀ ਸਾਨੂੰ, ਇੱਥੇ ਕੁਛ ਆਇਆ ਨਜ਼ਰ ਨਜ਼ਰ? ਹਾਂਜੀ ਹਾਂਜੀ, ਇੱਥੇ ਜਿਹੜੀ ਚੀਜ਼ ਆ ਨਾ ਸਾਡੇ ਕੋਲ ਵੀਡੀਓ ਰਿਕਾਰਡਿੰਗਾਂ ਪਈਆਂ ਨੇ ਜਿਨ੍ਹਾਂ ਨੇ ਸਾਨੂੰ ਫੋਨ ਕੀਤੇ ਆ, 3 ਮਹੀਨੇ ਤੋਂ ਫੋਨ ਆ ਰਿਹਾ ਸੀ, ਅਸੀਂ ਕਹਿੰਦੇ ਵੀ ਚੱਲ ਅੱਜ ਜਾਂਦੇ ਹਾਂ ਕੱਲ੍ਹ ਜਾਂਦੇ, ਫਿਰ ਪ੍ਰਧਾਨ ਸਾਹਿਬ ਜੀ ਬਾਹਰ ਗਏ ਸੀ ਕਿਤੇ ਫਿਰ ਤਾਂ ਕਰਕੇ ਅਸੀਂ ਲੇਟ ਹੋ ਗਏ ਥੋੜ੍ਹੇ ਜਿਹੇ, ਉਸ ਤੋਂ ਬਾਅਦ ਫਿਰ ਅਸੀਂ ਜਦੋਂ ਪਹੁੰਚੇ ਇੱਥੇ ਤੇ ਔਨਲਾਈਨ ਕੈਮਰਾ ਬਾਈ ਜੀ ਵੀ ਮੰਨ ਗਿਆ ਵੀ ਆਉਂਦੇ ਹੈਗੇ ਆ ਵੀ ਆਉਂਦੀਆਂ ਨੇ ਜਨਾਨੀਆਂ ਆਉਂਦੀਆਂ ਨੇ ਵੀ ਉਹ ਮਾੜਾ ਮੋਟਾ ਜੂੜਾ ਜਾੜਾ ਜਿਹਾ ਕਰਾ ਜਾਂਦੇ ਵੀ ਗੁਰੂ ਘਰ ਦੇ ਵਿੱਚ ਜਦੋਂ ਜੂੜਾ ਕਰਾਂਗੇ ਤਾਂ ਕੇਸ ਤਾਂ ਖੁੱਲ੍ਹਣਾ ਹੀ ਹੈ,
ਬਾਬਾ ਜੀ ਇਹ ਤੁਸੀਂ ਮੁੱਦੇ ਚੱਕਦੇ ਹੋ ਵੀ ਸਿੱਖ ਕਮਿਊਨਿਟੀ ਨੂੰ ਲੈ ਕੇ ਵਾਰ ਵਾਰ ਕਹਿੰਦੇ ਹੋ ਕਿਉਂ ਨਹੀਂ ਠੱਲ ਪੈ ਰਹੀ ਵੀ ਆਪਣੇ ਸਿੱਖ ਭਰਾਵਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਦੇਖੋ ਜੀ ਕੁਛ ਘਰ ਦੇ ਵਿੱਚ ਹੋਣਾ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਹੁੰਦਾ ਸਵਾਲ ਵੱਡਾ ਇਹ ਬੇਅਦਬੀ ਆਪਾਂ ਨੂੰ ਪ੍ਰਧਾਨਾਂ ਨੂੰ ਦੇਖਣਾ ਚਾਹੀਦਾ ਔਨਲਾਈਨ ਦੇਖਣਾ ਚਾਹੀਦਾ ਦੇਖਣਾ ਚਾਹੀਦਾ ਵੀ ਸਾਡੇ ਘਰ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੁੰਦਾ ਕੀ ਨਹੀਂ ਇਹ ਤਾਂ ਵਿਚਾਰੇ ਸਵੇਰੇ ਆਉਂਦੇ ਆ ਪਾਠ ਦਾ ਟਾਈਮ ਹੁੰਦਾ ਪਾਠ ਕਰਵਾ ਕੇ ਕੀਰਤਨ ਕਰਵਾ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ 10 ਵਜੇ ਤੋਂ 11 ਵਜੇ ਤੋਂ ਬਾਅਦ ਕੋਈ ਨਹੀਂ ਹੁੰਦਾ ਗਾ ਉਹ ਵੀ ਤੁਹਾਨੂੰ ਸਾਰਿਆਂ ਨੂੰ ਸੰਗਤਾਂ ਨੂੰ ਪਤਾ ਵੀ ਮੰਦਰ ਗੁਰਦੁਆਰੇ ਦੇ ਵਿੱਚ 12 ਵਜੇ ਤੋਂ ਬਾਅਦ ਕੋਈ ਵੀ ਨਹੀਂ ਹੁੰਦਾ ਤਾਲੇ ਲੱਗ ਜਾਂਦੇ ਜੋ ਕਰ ਰਹੇ ਆ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਉਹ ਗੁਰੂ ਘਰ ਦੇ ਵਿੱਚ ਬੈਠੇ ਜਾਂ ਉਹਨੂੰ ਤਾਂ ਸ਼ਰਮ ਹੋਣੀ ਚਾਹੀਦੀ ਉਹੀ ਤਾਂ ਅਸੀਂ ਪੁੱਛਦੇ ਪਏ ਹਾਂ ਵੀਰ ਜੀ ਨੂੰ ਵੀ ਸ਼ਰਮ ਹੋਣੀ ਚਾਹੀਦੀ ਤੈਨੂੰ ਵੀ ਤੂੰ ਗੁਰੂ ਘਰ ਬੇਅਦਬੀ ਕਰਦਾ ਦਾੜਾ ਪ੍ਰਕਾਸ਼ ਹੈ ਸਾਰਾ ਕੁਝ ਤਿਆਰ ਆ ਤੂੰ ਫਿਰ ਇਦਾਂ ਦੇ ਹਰਕਤਾਂ ਕਰਦਾ ਮਾੜੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਗਿਆ ਬਾਬਾ ਜੀ ਕੀ ਸਬੂਤ ਹੈਗਾ ਤੁਹਾਡੇ ਕੋਲ ਕੋਈ ਹੈਗਾ ਕੁਝ ਹੈਗਾ ਜੀ ਹੈਗਾ ਸਭ ਕੁਝ ਹੈਗਾ ਸਾਡੇ ਕੋਲ ਸਾਡੇ ਕੋਲ ਰਿਕਾਰਡਿੰਗਾਂ ਵੀ ਪਈਆਂ ਨੇ ਤੇ ਆਨਲਾਈਨ ਬੰਦੇ ਵੀ ਮੰਨ ਗਏ ਆ ਸਾਡਾ ਜਿਹੜਾ ਇਹਨਾਂ ਦੇ ਬੰਦੇ ਜਿਨ੍ਹਾਂ ਨੇ ਸਾਨੂੰ ਮੈਸੇਜ ਭੇਜਦੇ ਉਹਨਾਂ ਦੀਆਂ ਰਿਕਾਰਡਿੰਗਾਂ ਵੀ ਪਈਆਂ ਨੇ ਉਹ ਵੀ ਬੰਦਾ ਆਪਾਂ ਸ਼ੋਅ ਕਰਦੇ ਹਾਂ ਸਾਹਮਣੇ 2 ਮਿੰਟ